ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਵਿੰਦਰ ਸਿੰਘ ਗਰਚਾ, ਗਰਚਾ ਪਿੰਡ ਤੋਂ। ਕੱਲ੍ਹ ਮਿਤੀ 4 ਮਈ ਦੁਪਹਿਰ 1 ਤੋਂ 2 ਵਜੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਗਰਚਾ ਪਿੰਡ ਪਹੁੰਚ ਰਹੀ ਆ, ਜਿਸ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਵਾਂਸ਼ਹਿਰ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਪਹੁੰਚ ਰਹੀ ਆ। ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਗਰਚਾ ਪਿੰਡ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਪੰਜਾਬ ਬਚਾਓ ਯਾਤਰਾ ਦੇ ਆਪਾਂ ਹਿੱਸੇ ਬਣੀਏ, ਪ੍ਰਧਾਨ ਜੀ ਦੇ ਅਸੀਂ ਵਿਚਾਰ ਸੁਣੀਏ, ਅਤੇ ਸਾਡੇ ਜਿਹੜੇ ਹਲਕੇ ਦੇ ਕੈਂਡੀਡੇਟ ਵਾ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ, ਉਹਨਾਂ ਦੇ ਵਿਚਾਰ ਸੁਣੀਏ। ਅਤੇ ਇੰਨਾ ਹੀ ਸ਼ਬਦ ਕਹਿੰਦਾ ਹੋਇਆ ਅਤੇ ਆਪਣੇ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਪਹੁੰਚ ਰਹੀ ਹੈਗੀ ਆ, ਇਹ ਆਪਣੇ ਪਿੰਡ ਗਰਚਾ ਕਿਸ ਸਥਾਨ ਕਿਹੜੀ ਜਗ੍ਹਾ ਤੇ ਪਹੁੰਚ ਰਹੀ ਆ? ਤੇ ਜਦੋਂ ਔਡ ਲਵਾਉਂਦੇ ਆ ਤੇ ਫਸਟ ਪਿੰਡ ਵੜਦਿਆਂ ਨੂੰ ਉੱਥੇ ਇਕੱਠ ਹੋ ਰਿਹਾ। ਉੱਥੇ ਪਿੰਡ ਨਵਾਂਸ਼ਹਿਰ ਹਲਕੇ ਦਾ ਜਿਹੜਾ ਇਕੱਠ ਵਾ ਉਹ ਗਰਚਾ ਪਿੰਡ ਵੜਦਿਆਂ ਨੂੰ ਇੱਥੋਂ ਨਵਾਂਸ਼ਹਿਰ ਹਲਕੇ ਦੀ ਯਾਤਰਾ ਸ਼ੁਰੂ ਹੋ ਰਹੀ ਆ। ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਇਸ ਯਾਤਰਾ ਵਿੱਚ ਹੁੰਭ ਹੁਮਾ ਕੇ ਪਹੁੰਚੀਏ, ਪਾਰਟੀ ਪ੍ਰਧਾਨ ਅਤੇ ਪਾਰਟੀ ਵਰਕਰਾਂ ਦੇ ਵਿਚਾਰ ਸੁਣੀਏ। ਇਹ ਕਹਿਣ ਦਾ ਮਤਲਬ ਤੁਹਾਡਾ ਇਹ ਹੈਗਾ ਕਿ ਜਿਹੜੀ ਇਹ ਯਾਤਰਾ ਹੈਗੀ ਆ ਕਿ ਕਰੀਬ 1 ਤੋਂ 2 ਵਜੇ ਦੇ ਵਿੱਚ ਪਿੰਡ ਗਰਚਾ ਜਿਹੜੀ ਹੈਗੀ ਆ, ਜਦੋਂ ਅਸੀਂ ਗਰਚਾ ਤੋਂ ਔਡ ਵੱਲੋਂ ਆਉਣੇ ਹੀ ਹਾਂ ਅਤੇ ਪਹਿਲਾਂ ਹੀ ਜਿਹੜੀ ਕੁਲਵਿੰਦਰ ਸਿੰਘ ਗਰਚਾ ਤੁਹਾਡਾ ਆਉਂਦੀ ਹੈਗਾ, ਹੈ ਨਾ, ਕੋਠੀ ਆਉਂਦੀ ਆ, ਇਹ ਇੱਥੇ ਆ ਕੇ ਰੁਕੇਗੀ ਇਹ? ਹਾਂਜੀ ਹਾਂਜੀ, ਇੱਥੇ ਆ ਕੇ ਰੁਕੇਗੀ, ਪ੍ਰਧਾਨ ਹੁਣੀ ਇੱਥੇ ਥੋੜ੍ਹਾ ਚਿਰ ਰੁਕਣਗੇ। ਅਤੇ ਦੂਸਰੀ ਬੇਨਤੀ ਇਹ ਆ, ਜਿਹੜੀਆਂ ਬਾਹਰੋਂ ਸੰਗਤਾਂ ਆ ਰਹੀਆਂ, ਟਰੈਕਟਰ ਲੈ ਕੇ ਆ ਰਹੀਆਂ ਜਾਂ ਕਾਰਾਂ ਜਾਂ ਮੋਟਰਸਾਈਕਲਾਂ ਦੇ ਕਾਫਲੇ ਵਿੱਚ ਆ ਰਹੀਆਂ, ਉਹਨਾਂ ਨੂੰ ਬੇਨਤੀ ਆ ਵੀ ਸੜਕ ਦੇ ਜਦੋਂ ਔਡ ਲਵਾਉਂਦੇ ਆ ਅਤੇ ਖੱਬੇ ਪਾਸੇ ਜਿਹੜੇ ਕਣਕ ਦੇ ਖੇਤ ਖਾਲੀ ਕੀਤੇ ਹੋਏ ਆ, ਜਿਹਨਾਂ ਦੀ ਤੂੜੀ ਬਣੀ ਹੋਈ ਆ, ਉਹਨਾਂ ਦੇ ਵਿੱਚ ਆਪਣੀ ਪਾਰਕਿੰਗ ਕਰਨੀ ਆ। ਕਹਿੰਦਾ ਮਤਲਬ ਪਾਰਕਿੰਗ ਦਾ ਵੱਖਰਾ, ਹੈ ਨਾ, ਪਾਰਕਿੰਗ ਦਾ ਵੱਖਰਾ ਹੈ। ਜਦੋਂ ਪ੍ਰਧਾਨ ਜੀ ਦਾ ਕਾਫਲਾ ਤੁਰੂਗਾ ਤਾਂ ਫਿਰ ਅਸੀਂ ਬਾਹਰੋਂ ਵਾਰੀ ਉਹਨਾਂ ਦੇ ਨਾਲ ਚੱਲਾਂਗੇ। ਅਤੇ ਜਿਹੜਾ ਸਾਡਾ ਹਰਾਮਲ ਦਸਤਾ ਹੋਊਗਾ ਸ਼੍ਰੋਮਣੀ ਆਪਣੀ ਯੂਥ ਵਿੰਗ ਦਾ, ਉਹ ਪ੍ਰਧਾਨ ਜੀ ਦੇ ਅੱਗੇ ਚੱਲੂਗਾ। ਅਤੇ ਬਾਕੀ ਜਿਹੜੇ ਸਾਡੇ ਬਾਹਰੋਂ ਪਤਵੰਤੇ ਸੱਜਣ ਆਊਗੇ ਅਤੇ ਲੀਡਰਸ਼ਿਪ ਆਊਗੀ, ਉਹਨਾਂ ਦਾ ਵੀ ਕਾਫਲਾ ਜਿਹੜਾ ਆ ਕਾਰਾਂ ਦਾ, ਉਹ ਇੱਕ ਸਾਈਡ 'ਤੇ ਉਹ ਬੇਨਤੀ ਸੀ ਇੱਕ ਸਾਈਡ 'ਤੇ ਲਾਉਣ, ਤਾਂ ਕਿ ਆਮ ਪਬਲਿਕ ਨੂੰ ਇਹਦੀ ਯਾਤਰਾ, ਮਤਲਬ ਆਮ ਪਬਲਿਕ ਵੀ ਜਿਹੜੀ ਆ ਉਹਨਾਂ ਨਾਲ ਜੇ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਚਾਹੇ ਤਾਂ ਵਿਚਾਰ ਸਾਂਝਾ, ਆਪਣੇ ਵਿਚਾਰ ਵੀ ਕਰ ਸਕਦੀ ਆ, ਪ੍ਰਧਾਨ ਜੀ ਦਾ ਸਵਾਗਤ ਵੀ ਕਰ ਸਕਦੀ ਆ। ਅਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਯਾਤਰਾ ਦੇ ਵਿੱਚ ਪਹੁੰਚੋ, ਤਾਂ ਕਿ ਆਪਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੂੰ ਵੱਧ ਤੋਂ ਵੱਧ ਇਹਨਾਂ ਇਸ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਲੋਕ ਸਭਾ ਹਲਕਾ ਜਿਹੜਾ ਅਨੰਦਪੁਰ ਸਾਹਿਬ ਆ, ਉਹਨਾਂ ਤੋਂ ਵੱਧ ਵੋਟਾਂ ਨਾਲ ਅਸੀਂ ਜਿਤਾਈਏ, ਤਾਂ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਅਸੀਂ ਹੱਥ ਮਜ਼ਬੂਤ ਕਰੀਏ, ਤਾਂ ਕਿ ਉਹ ਸੈਂਟਰ ਦੇ ਵਿੱਚ ਜਿਹੜੀ ਸਾਡੀ ਸੈਂਟਰ ਦੀ ਜਿਹੜੀ ਸਾਡੀ ਲੋਕ ਸਭਾ ਆ ਉਹਦੇ ਵਿੱਚ ਉਹ ਸਾਡੇ ਪੰਜਾਬ ਦਾ ਪੱਖ ਅੱਗੇ ਵੀ ਰੱਖਦੇ ਆਏ ਆ ਅਤੇ ਹੁਣ ਵੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ, 9876379499 'ਤੇ ਫੋਨ ਕਰੋ, 9876379499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 9876379499।